ਲੜ ਰਹੇ ਨੇ ਸਾਡੇ ਸ਼ਬੀ ਜ਼ੁਲਜਨਾਹ ਦੇ ਖਿਦਮਤ ਗੁਜ਼ਾਰ ਨੇ, ਇਹ ਸ਼ਬੀ ਸਾਂਭਦੇ ਨੇ ਅਤੇ ਸਾਰਾ ਸਾਲ ਇਹਨਾਂ ਦਾ ਇਹ ਹੀ ਕੰਮ ਹੈ। ਮਾਸ਼ਾਅੱਲਾ ਜੀ, ਜ਼ਾਹਿਦ ਤੇਰੀ ਨਮਾਜ਼ ਕੋ ਆਪਣਾ ਤੋ ਹੈ ਸਲਾਮ, ਜ਼ਾਹਿਦ ਤੇਰੀ ਨਮਾਜ਼ ਕੋ ਆਪਣਾ ਤੋ ਹੈ ਸਲਾਮ, ਬੇਹੁਬੇ ਅਹਲੇ ਬੈਤ ਇਬਾਦਤ ਵੀ ਹੈ ਹਰਾਮ। ਜ਼ਾਹਿਦ ਤੇਰੀ ਨਮਾਜ਼ ਕੋ ਆਪਣਾ ਤੋ ਹੈ ਸਲਾਮ, ਬੇਹੁਬੇ ਅਹਲੇ ਬੈਤ ਇਬਾਦਤ ਵੀ ਹੈ ਹਰਾਮ। ਜ਼ਾਹਿਦ ਤੇਰੀ ਨਮਾਜ਼ ਕੋ ਝੁਕਾ ਕੇ ਅਦਬ ਸੇ ਖੜੇ ਰਹੋ, ਆਦਮ ਨਜ਼ਰ ਝੁਕਾ ਕੇ ਅਦਬ ਸੇ ਖੜੇ ਰਹੋ, ਸਲਵਾਤ ਪਲਟ ਜਾਓ ਜ਼ੁਬਾਂ ਸੇ ਨਾ ਕੁਛ ਕਹੋ, ਯੇ ਸੈਯਦਾ ਬਤੂਲ ਹੈ ਝੁਕ ਕਰ ਕਰੋ ਸਲਾਮ, ਯੇ ਸੈਯਦਾ ਬਤੂਲ ਹੈ ਝੁਕ ਕਰ ਕਰੋ ਸਲਾਮ, ਇਨਕਾ ਤੋ ਆਪਣੇ ਬਾਪ ਪਰ ਵਾਜਿਬ ਹੈ ਇਹਤਰਾਮ। ਜ਼ਾਹਿਦ ਤੇਰੀ ਨਮਾਜ਼ ਕੋ ਸਲਵਾਰ ਪੜੋ, ਆਦਮ ਨਜ਼ਰ ਝੁਕਾ ਕੇ ਅਦਬ ਸੇ ਖੜੇ ਰਹੋ, ਆਦਮ ਨਜ਼ਰ ਝੁਕਾ ਕੇ ਆਦਮ ਨਜ਼ਰ ਝੁਕਾ ਕੇ ਅਦਬ ਸੇ ਖੜੇ ਰਹੋ, ਆਦਮ ਨਜ਼ਰ ਝੁਕਾ ਕੇ ਅਦਬ ਸੇ ਖੜੇ ਰਹੋ, ਸਲਵਾਤ ਪੜ੍ਹਤੇ ਜਾਓ ਜ਼ੁਬਾਂ ਸੇ ਨਾ ਕੁਛ ਕਹੋ, ਯੇ ਸੈਯਦਾ ਬਤੂਲ ਹੈ ਝੁਕ ਕਰ ਕਰੋ ਸਲਾਮ, ਯੇ ਸੈਯਦਾ ਬਤੂਲ ਹੈ ਝੁਕ ਕਰ ਕਰੋ ਸਲਾਮ, ਇਨਕਾ ਤੋ ਆਪਣੇ ਬਾਪ ਪਰ ਵਾਜਬ ਹੈ ਇਹਤਰਾਮ। ਜ਼ਾਹਿਦ ਤੇਰੀ ਨਮਾਜ਼ ਕੋ ਸਲਵਾਰ ਪੜੋ, ਥੋੜ੍ਹਾ ਬਸ ਹੋਈ ਪੜ੍ਹਨ ਲੱਗਾ। ਧੀਆਂ ਦੇ ਸਰ ਤੋਂ ਪਿਉਂਦਾ, ਧੀਆਂ ਦੇ ਸਰ ਤੋਂ ਪਿਉਂਦਾ ਸਾਇਆ ਜੁਦਾ ਨਾ ਹੋਵੇ, ਮੰਗੋ ਦੁਆਵਾਂ ਕੋਈ ਬਿਆਸਰਾ ਨਾ ਕੋਈ ਬਿਆਸਰਾ ਨਾ ਹੋਵੇ, ਦੀਆਂ ਦੇ ਸਰ ਤੋਂ ਪਿਉਂਦਾ
ਸਾਰਿਆਂ ਦੇ ਸਰ ਤੂੰ ਪਿਓ ਦਾ ਸਾਇਆ ਜੁਦਾ ਨਾ ਹੋਵੇ ਮੰਗੋ ਦੁਆਵਾਂ ਕੋਈ ਦਇਆ ਸਦਾ ਨਾ ਹੋਵੇ ਸਲਾਟ ਕੋਈ ਸ਼ਰੀਫ ਜ਼ਾਦੀ ਬਾਜ਼ਾਰ ਵਿੱਚ ਜਾਵੇ ਕੋਈ ਸ਼ਰੀਫ ਜ਼ਾਦੀ ਬਾਜ਼ਾਰ ਵਿੱਚ ਜਾਵੇ ਸਰ ਤੇ ਨਾ ਹੋਵੇ ਚਾਦਰ ਵਾਲਾ ਨਾਲ ਮੂੰਹ ਲੁਕਾਵੇ ਦੱਸੋ ਕਿਵੇਂ ਉਹ ਗੁਜ਼ਰ ਸੀ ਦੱਸੋ ਕਿਵੇਂ ਉਹ ਗੁਜ਼ਰ ਸੀ ਮਿਲਦਾ ਜਿਹੜਾ ਨਾ ਹੋਵੇ ਮੰਗੋ ਦੁਆਵਾਂ ਕੋਈ ਕੋਈ ਸ਼ਰੀਫ ਜ਼ਾਦੀ ਬਾਜ਼ਾਰ ਵਿੱਚ ਜਾਵੇ ਸਰ ਤੇ ਨਾ ਹੋਵੇ ਚਾਦਰ ਵਾਲਾਂ ਨਾਲ ਮੂੰਹ ਲੁਕਾਵੇ ਦੱਸੋ ਕਿਵੇਂ ਉਹ ਗੁਜ਼ਰ ਸੀ ਦੱਸੋ ਕਿਵੇਂ ਉਹ ਗੁਜ਼ਰ ਸੀ ਮਿਲਦਾ ਜਿਹੜਾ ਨਾ ਹੋਵੇ ਮੰਗੋ ਦੁਆਵਾਂ ਕੋਈ ਦਇਆ ਸਦਾ ਨਾ ਹੋਵੇ ਕੋਈ ਸ਼ਰੀਫ ਜ਼ਾਦੀ ਬਾਜ਼ਾਰ ਵਿੱਚ ਜਾਵੇ ਸਰ ਤੇ ਨਾ ਹੋਵੇ ਚਾਦਰ ਵਾਲਾਂ ਨਾਲ ਮੂੰਹ ਲੁਕਾਵੇ ਦੱਸੋ ਕਿਵੇਂ ਉਹ ਗੁਜ਼ਰ ਸੀ ਦੱਸੋ ਕਿਵੇਂ ਉਹ ਗੁਜ਼ਰ ਸੀ ਮਿਲਦਾ ਜਿਹੜਾ ਨਾ ਹੋਵੇ ਮੰਗੋ ਦੁਆਵਾਂ ਕੋਈ ਦਇਆ ਨਾ ਸਲਾਟ ਧੀਆਂ ਨੂੰ ਲਾਓ ਮਾਦੀ ਅਥਰੂ ਜਿਗਰ ਚ ਬਰ ਕੇ ਧੀਆਂ ਨੂੰ ਲਾਓ ਮਾਦੀ ਅਥਰੂ ਜਿਗਰ ਚ ਬਰ ਕੇ ਪੁੱਤਰਾਂ ਨੂੰ ਲਾਓ ਸੇਰੇ ਸ਼ਹੀਦਾਂ ਨੂੰ ਯਾਦ ਕਰਕੇ ਮਾਤਾ ਬੀਬੀਆਂ ਚ ਬੈਠੀ ਮਾਤਾ ਬੀਬੀਆਂ ਚ ਬੈਠੀ ਕਾਸਮ ਦੀ ਮਾਂ ਨਾ ਹੋਵੇ ਮੰਗੋ ਦੁਆਵਾਂ ਕੋਈ ਜਿਲ ਫਰਜ ਯਾ ਕਾਇਮ ਅਲ ਮੁਹੰਮਦ ਲਹੁਮਾ
ਮੌਲਾ ਤੁਹਾਨੂੰ ਸਲਾਮਤ ਰੱਖੇ, ਪਾਕ ਬੀਬੀ ਤੁਹਾਡਾ ਟੁਰਿਆ ਕਬੂਲ ਅਤੇ ਮਨਜ਼ੂਰ ਫਰਮਾਵੇ। ਭੈਣ ਅਤੇ ਭਰਾ ਤੁਹਾਨੂੰ ਕਿਸੇ ਦਾ ਮੁਹਤਾਜ ਨਹੀਂ ਕਰਨਾ। ਮੀਆਂ ਰਿਆਜ਼ ਸਾਹਿਬ ਨੂੰ ਮਾਲਕ ਹਯਾਤੀ ਅਲਾ ਵਾਰਿਸ ਅਤਾ ਫਰਮਾਵੇ। ਜਿਤਨੇ ਕਦਮ ਤੁਰ ਕੇ ਆਇਓ ਮਾਲਕ ਤੁਹਾਡਾ ਕਦਮ ਕਦਮ ਤੁਰਿਆ ਕਬੂਲ ਫਰਮਾਵੇ। ਅੱਜ ਦਾ ਮਹਿਮਾਨ ਹੈ ਦੁਨੀਆਂ ਦੇ ਜ਼ੁਲਮ ਦਾ ਨਿਸ਼ਾਨਾ। 1900 ਉਦਾਹ ਕਰਾਂਗਾ ਸੀ ਅਗਲੇ ਸਾਲ ਇਸ ਬਾਰਗਾਹ ਚ ਉਸ ਆਣੇ ਜਿਸ ਹੋਣੇ ਜਿਹੜੀ ਬੱਕੀਏ ਚ ਆਈ ਏ ਤੇਰੇ ਤੇ ਰਾਜ਼ੀ ਹੋ ਕੇ ਜਾਵੇ। ਅੱਜ ਤੋਂ ਬਾਅਦ ਕੱਲ ਮੁੱਕਦਾ ਪਿਆ ਬਿਰਾਵਾਂ ਦਾ ਇਮਤਿਹਾਨ। ਕੱਲ ਬਿਰਾਵਾਂ ਦਾ ਮੁਹਰਮ ਖਤਮ ਤੇ ਬਹਿਣਾ ਦਾ ਸ਼ੁਰੂ। ਜੇ ਸਮਝ ਆਵੇ ਮੈਂ ਮੈਂਬਰ ਤੇ ਪਹਿਲੇ ਵੀ ਆਖਿਆ ਇਤਨਾ ਮੁਸਲਮਾਨਾ ਅਲੀ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਜਿਤਨਾ ਅਲੀ ਦੀਆਂ ਨੂੰ ਮਾਰਿਆ। ਸੈਯਦਾ ਦੇ ਖਤ ਲਿਖ ਅੱਬਾਸ ਸਈਦ ਫਿਰਾ ਕੋ ਤੇ ਇਸੇ ਗੱਲ ਦੀ ਦੇ ਇਤਲਾਏ ਅਸਾਂ ਮੁਲਕ ਇਰਾਕ ਚ ਆ ਗਿਆ ਇਨ ਤ੍ਰੈ ਸ਼ਰਮ ਨਾ ਕਰੀ ਅੱਲਾ ਵਾਸਤੇ ਅਸਾਂ ਮੁਲਕ ਇਰਾਕ ਚ ਆ ਗਿਆ ਤ੍ਰੈ ਭੈਣਾ ਅਸਾਂ ਮੁਲਕ ਇਰਾਕ ਚ ਆ ਗਿਆ ਹਨ ਤ੍ਰੈ ਭੈਣਾ। ਅਗਲੀ ਗੱਲ ਸੁਣ ਸੋ ਜੀ ਸੈਯਦਾ ਦੇ ਗਈਆਂ ਫਿਲ ਕੁਰਬਾ ਦੇ ਵਾਰ ਸਨ ਜੀ ਜੀ ਮੈਂ ਨੌਕਰ ਹਾਂ ਕਹਿ ਸੰਗਤੀ ਨੂੰ ਜੀ ਮੈਂ ਲੱਖ ਵਾਰ ਪੜਾ ਕਹਿ ਸੰਗਤੀ ਨੂੰ ਜੀ ਕਰਾਂ ਸੰਗਤੀ ਨੂੰ ਬੁਲਵਾਵੇ ਆ ਮੈਨੂੰ ਆਦੀਏ ਆਉਣ ਦੀ ਪੜ ਖਤ ਅਕਬਰ ਦੀ ਸ਼ਾਦੀ ਦਾ ਤੇ ਟੁਰਿਆ ਜਲਦੀ ਨਾਲ ਸਈਦੇ ਰੋਂਦੇ ਸਵਾਸਿਆਂ ਜਦੋਂ ਪਹੁੰਚਾਏ ਬੈਠਾ ਆਦਾ ਆਈ ਮੈਂ ਥੀ ਗਿਆ ਭੇਣ ਗਰੀਬ ਸਈਦ ਨਾਲ ਜਿਹੜੀ ਗੱਲ ਕੀਤੀ ਸੁਣ ਸੋ ਜੀ
सैयदा दे सईद फिरा मेरा अकबर घुस गए सैयदा दे आज फजर दी तेरे रस्ते दो मेरिया त्रै भैणा दी सोना लग रहा है दादा माता आज ना रोसे कद रोसे यार जी करा बाबा मैं ना करा मैं कोई थकना लख बार पड़ा अज फजर दी तेरे रस्ते दो मेरिया त्रै भेणा दी सुभान अल्लाह एक बार होर मैंने याद आया बुजुर्गों का लेकिन आज ना पढ़ा ते कदों पढ़ा नहीं खत अकबर दी शादी दा गया अमड़ी उजड़ मदीना मैनू खत लिख के पिया याद करें सुमत दा पाक श्रीया सुनी की गल नहीं जिदे घर च रही है सर चले और बहन है रो के पिया दिन खत विच दस खत बीबी ज़ैनब दे ते तहरीर दा अजब करीना रोक दे माई खत दिया छे कड़ी सतरा विच मेरी की थी ये मिन्नत खत दिया छे कड़ी सतरा विच मेरी की थी ये मिन्नत ਤੁਹਾਡੀ ਗੱਲ ਦੀ ਤਾਈਦ ਕਰਦਾ ਰੋਂਦੀ ਪਾਕ ਫਿਜ਼ਾ ਅਲੀ ਦੀ ਧੀ ਦੇ ਕੋਲ ਆ ਕਹਿੰਦੀ ਹੈ ਜਿਹੜੀ ਹਾਲਤ ਮੈਂ ਵੇਖ ਰਹੀ ਹਾਂ ਤੇਰਾ ਵੀਰ ਨਹੀਂ ਬਚਦਾ ਅੱਜ ਦੇ ਦਿਨ ਦੀ ਗੱਲ ਪੈ ਸੀ ਅੰਮਾ ਕਿਉਂ ਫਰਮਾਇਆ ਮੈਂ ਅੱਖਾਂ ਨਾਲ ਵੇਖ ਆਈਆਂ ਕਿਸੇ ਪਾਸਿਓਂ 20,000 ਕਿਸੇ ਪਾਸਿਓਂ 30,000 ਕਿਸੇ ਪਾਸਿਓਂ 40,000 ਲੋਕ ਪੈਂਦੇ ਤੇਰੇ ਵੀਰ ਨੂੰ ਮਾਰਨ ਵਾਸਤੇ ਲੇਕਿਨ ਜਦੋਂ ਦਾ ਹੋਣ ਜਿਹੜਾ ਕਾਫਲਾ ਵੇਖ ਕੇ ਆਈ ਹੈ ਨਾ ਜਿਹੜਾ ਲਸ਼ਕਰ ਹੋਣ ਆਇਆ ਇਹਦੇ ਸਾਲਾਰ ਦਾ ਮੈਂ ਨਾਂ ਸੁਣਿਆ ਮੇਰਾ ਹਾਂ ਬਦਲ ਆਉਂਦਾ ਅੰਮਾ ਕਿਆ ਨਾਮ ਹੈ ਹੱਥ ਬੰਨ ਕੇ ਦੀ ਅਲੀ ਦੀ ਧੀ ਉਸ ਬੇਗੈਰਤ ਦਾ ਨਾਂ ਸ਼ੀਮਾ ਹੈ ਕਦਰਦਾਨ ਲੋਕ ਸਮਝ ਗਏ ਕਦਰਦਾਨ ਲੋਕ ਸਮਝ ਗਏ ਉਸ ਬੇਗੈਰਤ ਦਾ ਨਾਂ ਸ਼ਿਮਰ ਹੈ ਅੱਖਾਂ ਵਸ ਪਈਆਂ ਅਲੀ ਦੀ ਧੀ ਦੀਆਂ ਅੰਮਾ ਜਲਦੀ ਕਰ ਮੇਰੇ ਵੀਰ ਨੂੰ ਬੁਲਾ ਦਰਵਾਜ਼ੇ 'ਤੇ ਆਈ ਹੁਸੈਨ ਜੀ ਅੰਮਾ ਬਹਿਣ ਪਈ ਸੱਦੀ ਹੈ ਕੋਲ ਆਏ ਅੰਮਾ ਹੁਕਮ ਬੀਬੀ ਦੀ ਬਹਿਣ ਸੱਦੇ ਬਹਿਣ ਔਖੇ ਵੇਲੇ ਕਿਉਂ ਸੜਾਏ ਬੀਬੀ ਸੜਿਆਈ ਵਾਸਤੇ ਇਹ ਕਹਿ ਪਾਸੋਂ 20,000 ਕਹਿ ਪਾਸੋਂ 30,000 ਕਹਿ ਪਾਸੋਂ 40,000 ਲੋਕ ਪਏ ਆਨੰਦ ਜੌਕ ਦਰ ਜੌਕ ਤੈਨੂੰ ਮਾਰਨ ਵਾਸਤੇ ਜੁਮਲਾ ਸੁਣ ਸੋ ਕੋਈ ਤੇਰਾ ਵੀ ਹੈ ਜਿਹੜਾ ਤੇਰੀ ਨੁਸਰਤ ਵਾਸਤੇ ਆਵੇ ਠੱਡਾ ਸਾਹਿਬ ਬਾਰ ਇੱਕ ਦਿਨ ਹਰ ਕੋਈ ਆਇਆ ਇੱਕ ਬਚ ਗਿਆ ਜਿਹਦਾ ਨਾਮ ਸਈਦ ਹੈ ਬਸਰੀ ਦਾ ਵਸਦੇ ਬੀਬੀ ਆਦੀ ਖਤ ਨਹੀਂ ਲਿਖਾ ਸੋਹਣਾ ਲੱਗਦੇ ਅਜ਼ਾਦਾਰਾਂ ਨੂੰ ਮਾਤਮ ਜਿਹਨਾਂ ਵਾਸਤੇ ਮਾਤਮ ਕਰ ਸਕਦੇ ਹੋ ਸਰ ਚਵੇ ਮਿੰਬਰ ਦੀ ਅਜ਼ਮਤ ਦੀ ਕਸਮ ਬੀਬੀ ਆਦੀ ਖਤ ਨਹੀਂ ਲਿਖਾ ਸਈਦਾਂ ਦੇ ਵੱਡੀ ਮਜਬੂਰੀ ਹੈ ਤੇਰੇ ਵੀਰ ਦੀ ਬੀਬੀ ਆਦੀ ਮਜਬੂਰੀ ਦੱਸ ਮੈਂ ਤੇ ਤੇਰੇ ਆਦੀ ਭਾਈਵਾਲ ਹਾਂ ਬਹਿਣ ਦੇ ਪਾਸੇ ਵੇਖ ਕੇ ਆਦਿਨ ਮਜਬੂਰੀ ਇਹ ਹੈ ਢੇਰ ਸਾਰੀਆਂ ਬਹਿਣਾਂ ਦਾ ਕੱਲਾ ਤੇਰਾ ਹੈ ਹੁਣ ਉਹਦੀ ਸ਼ਾਦੀ ਹੋਈ ਹੈ ਮੈਂ ਸੁਚੇਨਾ ਮੱਤਾਂ ਮੈਂ ਖਤ ਲਿਖਾਂ ਬਹਿਣਾ ਚ ਰੋਕਣ ਮੱਤਾਂ ਮਾਂ ਚ ਰੋਕੇ ਮੱਤਾਂ ਬਨਰੀ ਚ ਰੋਕੇ ਬੀਬੀ ਆਦੀ ਹੁਸੈਨ ਜੀ ਕੀਆਂ ਗੱਲਾਂ ਨਾ ਕਰ ਖਤ ਤੂੰ ਲਿਖ
दस्तखत मैं कर दिया, वादा पे कर दिया, शरीफ मां दा दूध पीता होया हासी सही बहन दा हुक्म मने। पिछली मजलिस च भी एक जगह ते दस्या सरकारे मुहम्मद दे कातब सरकारे अली हन, सरकारे हुसैन दे कातब सरकारे अब्बास हन। शबीर दरवाजे ते गाजी इलैया, गाजी मेरे नेड़े आ, वाला हुक्म फरमाया कागज कलम दे, हथ बन के अब्बास आदे कह लिखना है, कहंदो लिखना है। फरमाया अज बहन दा हुक्म है तहरीर असा आप कर सां, शाह रसूल नगर आलियो गिरदो नवाज दे मामलो अल्लाह तुहाडे वेड़े वसदे रखे, जिहड़े अल्लाह दे मेहमान नूं रोवण आयो। मिंबर दी अजमत दी कसम यार, कियामत दा वेला नहीं जद दोवें बहन फिरावां कुर्सियां रखियां जिथे लिखदा हुंदा ही ना बिस्मिल्लाहिर्रहमानिर्रहीम, अज उथे लिखिया इन्ना लिल्लाह। सदके 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 सदके। और जदों पहले खत लिखदा हा पहले प्यो दा नां लिखदा, एडा गरीब हो गए अकबर दा बाबा, अज मां दा नां लिखिया थले लिखिया सईद भिरा 28 रजब दा मदीना छोड़िया, 5 शबान दे मक्के आया, 8 जुलहज नूं बद्दे आराम त्रुट गए, 9 दा मुस्लिम भिरा शहीद होए, 2 मुहर्रम नूं करबला च आया, जमीन मुल्क दी जमीन दबे ना मां अकबर दे नाम कराए, 6 नूं साडे दरिया दी कंधी तो खैमे पटाए गए, 7 दा साडा पानी बंद होए। जुमला सुन सो जी थले लिखे सईद भिरा मैं बहुत वड्डा गरीब हाँ, आवे ते गरीब दुआ करे सी, ना आवे ताई अकबर दा बाबा दुआ करे सी, इहो अज दा दिन ऐ कल दी गलबेड़ी छुट जाणी ऐ। खत मुकम्मल है, मैं वेखा भाई अज भी केड़ा बंदा जिहड़ा आदा मैं शर्म करके रोंदा बैठा, गुरबत दी इंतहा हो गई। शाह रसूल नगर आलो बीबी पुछे खत मुकम्मल है, हाँ मुकम्मल है यार, कियामत दा वेला नहीं जदों अली दी धी कम दे होए हत्था ना लिखे ज़ैनब बिनते अली असीरा शाम। सदके 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 सदके। बीबी आदि हुण खत मुकम्मल है, खत मुकम्मल होए दरवाजे ते जान मेरे नेड़े आ कोल है, मौला हुक्म सईद दा इह भी खत बसरे लगवन सईद नूं दे आ, अदब दा सर झुका के कह दे कि करबला दे शहीदां च मेरा नाम कोई नहीं। सईद दे क्यों जान अदे बसरा ढेर सफर है, तुसा एक रात दे मेहमान। सईद दे खत गहनवान बसरे शहीद नूं दे आ, कल पेशी तू पहले तेनू ना ने मुहम्मद दे हथों कौसर ना पिलावां मैं हुसैन नहीं। अल्लाह मातम कबूल कर, जवानी है रजमानो अदे फिर मेरी जरूरत नहीं मैं खत अल वेखा, अदब दी दाकरी जड़े सुन दे, मेरी जरूरत नहीं मैं खत अल वेखा, ए इन सिर झुकाया अदे ए खत मेरे सिर ते रख, खत सर ते रखिया उत्ते रखी इस पग। मैं शबीर फरमाया गाजी ओ घोड़ा ले आ जेड़ा मेरे अकबर दा है। सदके सदके, जिन्हां दा तारीख नाल वास्ता है, ओ घोड़ा अकबर दा घोड़ा दिता। मैं अदा खुश किस्मत ते जाऊं जंदे घोड़े दिवाग हुसैन पकड़ी, अब्बास ते अकबर जनु चाक के जीन ते बिठायस, चंद कदमा ते घोड़ा गया जावाज जाऊं एक बारी वल्ला वापस है मौला हुक्म। सईद अदा तेरे जेहन च ख्याल दौड़ दे वदन बसरा ढेर सफर है थक पोसे, जिथे तेन मालूम होवे मैं थक पिया घोड़े तो ले आवे, करबला दे पासे मुंह करके अखी बंद करके पाई दफा आखे या हुसैन गरीब हुसैन अल्लाह रासी हुसैन पुत्र मोया हुसैन विरामा मोया हुसैन तू अखी खोल से तू बसरे हुसैन। बस तुझे तवज्जो कर ली, मैं वैन करा खत्म पढ़ाई। मिंबर दी अजमत दी कसम सही जौन घोड़े तो बैठा जौन घोड़ा तो रहा रोंदा रहा शबीर, जौन चंद कदमा ते गया जा गाजी घोड़े दी वाग नप के आख्या जौन एक मेरी 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 गल सुनदा जा वे मौला हुक्म। फरमाया मेरा ये पैगाम सईद नूं देवे, केड़ा पैगाम सईद नूं आखे अब्बास प्यादा ये खत गली च ना पड़े। सदके तेरी मर्जी दी बात तुझे मैं सुन मैं ते लफ्ज आख लैं, सईद नूं आखे गाजी प्यादा ये खत गली च ना पड़े, इन अली दियां धीआं लिखदियां रहीआं।
मौला हुक्म दी तमीज उसी सही जान घोड़ा तोड़ा कह के वेले घोड़ा रोक के करबला दे पासे मुंह करके दे भावे जितनी कोशिश करना तू बचदा है ना बहन दा बुरका बचदा है मौला लोग कट्ठे पे होंदे तेन मारन वास्ते ना तू बचदा है ना अकबर बचदा है ना गाजी बचदा है मिंबर दी अजमत दी कसमे जान घोड़ा दुड़ाई आंदे बसरे शहर दे बाबारू पहुंचे रज रुने जान आदे सही तू खुश पे वसदे मैं तेन खत ना देवा आज इस गरीब दियां बहना ना लोवेना मैं तेन खत ना देवा आज इस गरीब दियां धीआं ना लोवेना मेरी मजबूरी इस गरीब दियां धीआं ही नाल छोटे छोटे बाल ही नाल बसरे शहर च पहुंचे लोगों तो पूछे सही दा घर किड़े लोग आके ओ दरवाजा सही दे एक बुजुर्ग सामने आके दे मिन्नत करे ना तू मेहमान है लग दे तू करे ना ओदी गली च कोई सवार होके नहीं वेंदा जाना दे केड़ी मजबूरी ओ बुजुर्ग दे तू जानदा नहीं ओ गाजी दा नौकर है सदके 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 ओ मदीने वाले सईदां दा नौकर बड़ा गैरतमंद है किसी नूं सवार होके नहीं लंघन देंदा मिंबर दी अज़मत दी कसम जान घोड़ा तोरे रोंदा होया जान तुर पिए सही दी गली च सही दे शागिरदां ने घोड़े दे पैरां दी आवाज़ सुनी तलवारां चाइयां उतनी देर तक सही दे कन्नां ते आवाज़ आई जल्दी दे नाल बाहर आया मिंबर दी अज़मत दी कसम सही शागिरदां दे सामने आके दे कुछ नूं आखो मत भुल गया वे बड़े दिन तो इंतजार एडा मदीने तो कदा टुरावे जाना दे कहंदा मदीना केड़ा मदीना आदे यार मुहम्मद मदीना जाना दे मैं मुहम्मद मदीने चो नहीं मैं हुसैन दी करबला चो प्याला सईद वे कहदे तेरे होंठां दी खुशकी तो मलो मंदे तू प्यासा है लहया तेनु पानी पिलावा जाना दे तू सच्चा दे ते करबला दे प्यासे जिथे जो नहीं सकीना पीसी ते मैं पीसा असगर पीसी ते मैं पीसा जौन सर झुका के पगला के दे ए भी खात ऐ तेरी मिन्नत उस्ताद प्या दे इनु गली च ना खोले सदके 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 पाक तां दा खाते ओ सामने वाले मोड़ ते तेरा इंतजार पिया करदा आवे तरले वे सुनावे मैनू सजदा दे वे टिकण नहीं देंदे इहो अज दा नहीं है कल दी गड़बेड़ी छुट वंजणा है सही दे हत्थां ते खाता है शेर रसूल गरा लियो घर च दाखल है मां पुछिया कौन आई अम्मा का सेद कहंदा मुर्शिद हुसैन दा दुआ दे दराज करके दी शुक्र है मेरा अल्लाह हुसैन दे खाता अगर मैं जान दियां हुण अकबर 18 ਸਾਲਾਂ ਦਾ ਹੋ ਗਏ ਮਤਾ ਅਕਬਰ ਦੀ ਸ਼ਾਦੀ ਦਾ ਖਤ ਹੋਏ ਹਵੇਲੀ ਚ ਦੌੜ ਦੀ ਵਧੀ ਹੈ ਧੀਆਂ ਨੂੰ ਸੜ ਕੇ ਦੀਏ ਜਲਦੀ ਆਓ ਅਕਬਰ ਦੀ ਸ਼ਾਦੀ ਦੇ ਖਤ ਆ ਗਏ ਧੀਆਂ ਨੇੜੇ ਆਈਏ ਨਾ ਸਈਦ ਖਤ ਖੋਲੇ ਰੋ ਕੇ ਦੇ ਅੰਮਾ ਏਡਾ ਗਰੀਬ ਹੈ ਨੌਕਰਾਂ ਨੂੰ ਫਿਰਾ ਅੱਲਾ ਮਾਤਮ ਕਬੂਲ ਕਰੇ ਅੱਲਾ ਮਾਤਮ ਕਬੂਲ ਕਰੇ ਮੈਂ ਕਰਕੇ ਰੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਅਰੇ ਅੰਮਾ ਏਡਾ ਗਰੀਬ ਹੈ ਨੌਕਰਾਂ ਨੂੰ ਫਿਰਾ ਪਿਆ ਸਦੇਂਦੇ ਅਦੀ ਜਲਦੀ ਕਰ ਸਈਦ ਖਤ ਪੜ ਮੇਰਾ ਹਾਂ ਪਿਆ ਲਾਂਦੇ ਅਰੇ ਅੰਮਾ ਪਹਿਲੀ ਸਤਰ ਤੇ ਲਿਖਿਆ ਹੈ ਇਨਾ ਲਿਲਾ ਅਰੇ ਅੰਮਾ ਖਤ ਖੈਰ ਦਾ ਨਹੀਂ ਅਰੇ ਅੰਮਾ ਅੱਗੇ ਜਦੋਂ ਵੀ ਮੇਰਾ ਬਾਦਸ਼ਾਹ ਖਤ ਲਿਖਦਾ ਹਾਂ ਬਾਬੇ ਅਲੀ ਦਾ ਨਾਂ ਲਿਖਦਾ ਅੱਜ ਏਡਾ ਗਰੀਬ ਹੈ ਅੱਜ ਮਾਂ ਦਾ ਨਾਂ ਲਿਖਿਆ ਹੋਇਆ ਥੱਲੇ ਲਿਖੇ ਸਈਦ ਫਿਰਾ 28 ਰਜਬ ਦਾ ਮਦੀਨਾ ਛੁੜੇ ਪੰਜ ਸ਼ਬਾਨ ਨੂੰ ਮੱਕੇ ਆਇਆ 8 ਫਲਾਜ ਨੂੰ ਬਦੇ ਰਾਮ ਟੁੱਟ ਗਏ 9 ਦਾ ਮੁਸਲਮ ਫਿਰਾ ਸ਼ਹੀਦ ਹੋਇਆ ਈਦ ਦਾ ਦਿਨ ਨਹੀਂ ਲੋਕ ਈਦ ਪੜਦੇ ਰਹੇ ਮੇਰੀ ਭੈਣ ਦੇ ਪੁੱਤਰ ਕਾਤਲ ਦੀਆਂ ਮਿੰਨਤਾਂ ਕਰਦੇ ਰਹੇ ਜੀ ਕਰਾ ਨਾ ਕਰਾ ਨਾ ਕਰਾ ਦੋ ਮੁਹਰਮ ਨੂੰ ਕਰਬਲਾ ਹੈ ਚਾਹੇ ਜ਼ਮੀਨ ਮੁਲਕ ਦੀ ਬਹਿਨਾ ਮਾਂ ਅਕਬਰ ਦੇ ਨਾਮ ਥੱਲੇ ਲਿਖੇ ਸਈਦ ਫਿਰਾ 6 ਨੂੰ ਸਾਡੇ ਦਰਿਆ ਦੀ ਕੰਢੀ ਤੋਂ ਖੈਮੇ ਫਟਾਏ ਗਏ 7 ਦਾ ਸਾਡਾ ਪਾਣੀ ਬੰਦੇ ਇਸ ਇਲਾਕੇ ਲੋ ਥੱਲੇ ਲਿਖੇ ਸਈਦ ਫਿਰਾ ਮੈਂ ਬਹੁ ਵੱਡਾ ਗਰੀਬ ਆਵਨੇ ਗਰੀਬ ਦੁਆ ਕਰੇ ਸਿਆ ਨਾ ਮੈਂ ਤਾਂ ਅਕਬਰ ਦਾ ਬਾਬਾ ਦੁਆ ਕਰੇ ਸਿਆ ਇਸ ਇਲਾਕੇ ਲੋ ਸਈਦ ਖਤ ਬੰਦ ਕਰਨ ਲੱਗੇ ਵੱਡੀ ਭੈਣ ਸਾਹਮਣੇ ਆ ਕੇ ਦੀ ਖਤ ਬੰਦ ਨਾ ਕਰ ਖਾਤੇ ਪਿਛਲੇ ਪਾਸੇ ਕੋਈ ਗੱਲ ਲਿਖੀ ਹੋਈ ਹੈ ਸਈਦ ਖਤ ਉਲਟਾਇਆ ਮੂੰਹ ਦਾ ਮਾਤਮ ਕਰਕੇ ਦੇ ਕੱਲਾ ਨਹੀਂ ਜ਼ੈਨਬ ਨਾਲ ਕਰ ਮਾਤਮ ਗਰੀਬਾਂ ਦਾ ਗਮ ਹੈ
ਜੀ ਕਰਾ ਜੀ ਕਰਾ ਆਦੇ ਅੰਮਾ ਕੱਲਾ ਨਹੀਂ ਜ਼ੈਨਬ ਨਾਲ ਜੀ ਮੈਂ ਬਿਸਮਿਲਾ ਕਰਾ ਅੰਮਾ ਕੱਲਾ ਨਹੀਂ ਅਲੀ ਦੀਆਂ ਧੀਆਂ ਨਾਲ ਲੈਣਾ ਮਾਂ ਦੀ ਕਹਿੰਦਾ ਇੰਤਜ਼ਾਰ ਅਦੀਆਂ ਆਦੇ ਅੰਮਾ ਜਿੰਨ ਨਾਲ ਮੇਰੀ ਸ਼ਾਦੀ ਕਰਾਈ ਮੈਨੂੰ ਇਜਾਜ਼ਤ ਲੈ ਦੇ ਸ਼ਹਿਰ ਰਸੂਲ ਕਰਾ ਲਿਓ ਅੱਗੇ ਮਾਂ ਪਿੱਛੇ ਸਹੀਦ ਮਸਤ ਜੀ ਪਿੱਛੇ ਸਹੀਦ ਪਿੱਛੇ ਬਹਿਣਾ ਵਹਿਣ ਕਰੇਂਦੀਆਂ ਦੀਆਂ ਬੰਨੀ ਦੇ ਕਮਰੇ ਚੈਨ ਬੰਨੀ ਦੀ ਕਿਹੜੀ ਹਾਲਤ ਲਾਲ ਲਿਬਾਸ ਨਹੀਂ ਕਾਲਾ ਲਿਬਾਸ ਹੈ ਪਲੰਘ ਤੇ ਨਹੀਂ ਬੈਠੀ ਮਿੱਟੀ ਤੇ ਬਹਿ ਕੇ ਪਈ ਦੀ ਹਾਏ ਗਰੀਬੀ ਸਦਕੇ ਸਦਕੇ ਸਾਹਮਣੇ ਆ ਕੇ ਦੀਏ ਕਿਹੜੀਆਂ ਸ਼ਕਬਾਦ ਸ਼ਕਨੀਆਂ ਪਈ ਕਰਦੀ ਹੈ ਹੱਕਲ ਮਾਰ ਕਦੀ ਸਹੀਦ ਤੂੰ ਬਾਹਰ ਕੀ ਹੈ ਮੇਰੇ ਕਮਰੇ ਚ ਕਾਲੇ ਬੁਰਕੇ ਵਾਲੀ ਬੀਬੀ ਆਈ ਹੈ ਜਿਹਦੇ ਮੱਥੇ ਤੇ ਮੌਤ ਦੀ ਪੱਟੀ ਆਈ ਆ ਜਿਹਦਾ ਹੱਥ ਪਾਸੇ ਤੇ ਆਈ ਆ ਮੈਨੂੰ ਆਦੀ ਮਿੰਨਤ ਕਰੇਂਦੀਆਂ ਸਹੀਦ ਨੂੰ ਰੋਕੇ ਨਹੀਂ ਮੈਂ ਕਰਬਲਾ ਚ ਮੇਰਾ ਹੁਸੈਨ ਕੱਲਾ ਮੈਂ ਪੁੱਛਿਆ ਬੀਬੀ ਕੌਣ ਹੈ ਆਦੀ ਸੁਜਾਨ ਮੈਂ ਮੁਹੰਮਦ ਦੀ ਆ ਸਦਕੇ ਆਦੀ ਸਹੀਦ ਇੱਕ ਜੁਮਲਾ ਹੋਰ ਸਮਝ ਆਦੀ ਸਹੀਦ ਜਦੋਂ ਨੀ ਤੇਰੇ ਵੇਲੇ ਚਾਹੀਆਂ ਮੰਗਿਆ ਕੁਝ ਨਹੀਂ ਪਹਿਲੀ ਗੱਲ ਮੈਨੂੰ ਦੱਸ ਤੂੰ ਮੋਮਿਨ ਹੈ ਅਦੇ ਹਾਂ ਮੈਂ ਮੋਮਿਨ ਆਦੀ ਮੇਰਾ ਅੱਲਾ ਮੇਰੀ ਸੋਹਣੀ ਸੰਗਤ ਰਲਾਈ ਇਹ ਮੇਰਾ ਸ਼ੌਫਰ ਮੋਮਿਨ ਸਹੀਦ ਅਦੇ ਤੇ ਤੂੰ ਆਦੀ ਮੈਂ ਵੀ ਹੁਸੈਨ ਦੀ ਬਹਿਣਾਂ ਦੀ ਨੌਕਰ ਹਾਂ ਆਦੀ ਸਹੀਦ ਸਹੀਦ ਅਦੇ ਜਲਦੀ ਕਰ ਤੇਰੀ ਮਰਜ਼ੀ ਤੂੰ ਇੱਥੇ ਰੋਕ ਤੇਰੀ ਮਰਜ਼ੀ ਤੂੰ ਪੇਕ ਕੇ ਵਤਨ ਲੱਗੀ ਵਨ ਮੈਂ ਕਰਬਲਾ ਪਿਆ ਵੈਨ ਆਦੀ ਸਹੀ ਜਦੋਂ ਨਹੀਂ ਆਈਆਂ ਮੰਗਿਆ ਕੁਝ ਨਹੀਂ ਅੱਜ ਮੈਂ ਮੰਗਦੀ ਹਾਂ ਮੰਗ ਆਦੀ ਮੈਨੂੰ ਨਾਲ ਲੈ ਚੱਲ ਸਮਝ ਗਏ ਹੋ ਸਮਝ ਗਏ ਹੋ ਮੈਨੂੰ ਨਾਲ ਲੈ ਚੱਲ ਆਦੀ ਆਦੇ ਬਣ ਕੇ ਕਿਆ ਕਰੇ ਸੇ ਆਦੀ ਤੂੰ ਮੌਲਾ ਤੋਂ ਕੁਰਬਾਨ ਹੋਵੇ ਮੈਂ ਉਹਦੀਆਂ ਭੈਣਾਂ ਨਾਲ ਸ਼ਾਮ ਵੈਸਾ ਸੋਹਣਾ ਲੱਗਦਾ ਦਾਦਾ ਰਾਣਾ ਮਾਤਮ ਸੋਹਣਾ ਲੱਗਦਾ ਅੱਲਾ ਜਾਣੇ ਕਿਹੜਾ ਬੰਦਾ ਜਿਹੜਾ ਤੇ ਮੈਂ ਜਿੱਥੇ ਮਾਤਮ ਨਿਕਲ ਸਕਿਆ ਦੁਨੀਆਦਾਰੀ ਚ ਵੇਖ ਮਾਸਟਰ ਜੀ ਦੁਨੀਆਦਾਰੀ ਚ ਅਗਰ ਫਿਰਾ ਟੁਰਦਾ ਹੋਵੇ ਕਿਬਲਾ ਫਿਰਾ ਟੁਰਦਾ ਹੋਵੇ ਭੈਣਾਂ ਦੁਆ ਮੰਗ ਕੇ ਇਨਸ਼ਾਲਾ ਜਲਦੀ ਬੱਲੇ ਸ਼ਾਲਾ ਤੱਤੀ ਵਾਹ ਨਾ ਲੱਗੇ ਸ਼ਾਲਾ ਖੈਰੀ ਵੱਲ ਆਵੇ ਇੱਥੇ ਆ ਮੈਂ ਤੈਨੂੰ ਮੰਦਰ ਵਿਖਾਵਾਂ ਸਹੀਦ ਘੋੜਾ ਮੰਗਾਇਆ ਰੋਜਾ ਨੂੰ ਨਾਲ ਬਿਠਾਇਆ ਮਾਂ ਝੋਲੀ ਚ ਆ ਕੇ ਪਈ ਦੀ ਮੇਰਾ ਅੱਲਾ ਸ਼ਾਲਾ ਅਕਬਰ ਤੂੰ ਪਹਿਲੇ ਲਾਵੇ ਭੈਣਾਂ ਦੁਆ ਮੰਗ ਕੇ ਇਨਸ਼ਾਲਾ ਗਾਜ਼ੀ ਤੂੰ ਪਹਿਲੇ ਲਾਵੇ ਤਾਂ ਮੁਹਰਮ ਦੜੀ ਚੜਾ ਸਹੀ ਸਫਰੇ ਚ ਕਾਸਮ ਦੀ ਲਾਸ਼ ਤੇ ਘੋੜੇ ਭੱਜ ਗਏ ਸਹੀ ਸਫਰੇ ਚ ਅਕਬਰ ਨੂੰ ਬਰਛੀ ਲੱਗ ਗਈ ਸਹੀ ਸਫਰੇ ਚ ਗਾਜ਼ੀ ਦੇ ਬਾਜ਼ੂ ਕਲਮ ਹੋ ਗਏ ਸਹੀ ਸਫਰੇ ਚ ਦਾਵੀਂ ਦੀ ਜੀਗਰ ਜਲਦੀ ਪਈ ਹੈ ਸਹੀਦ ਕਰਬਲਾ ਦੇ ਟਿੱਬਿਆਂ ਚ ਘੋੜਾ ਦੌੜਾਈ ਆਉਂਦਾ ਹੈ ਯਾ ਅਚਾਨਕ ਸਹੀ ਦੀ ਕਲ ਹੰਝੂਆਂ ਨਾਲ ਪੁੱਸ ਗਈ ਆਦਾ ਥੱਕ ਪਈਏ ਤੈਨੂੰ ਆਰਾਮ ਕਰਾਵਾਂ ਆਦੀ ਨਾ ਮੈਂ ਥੱਕੀ ਹਾਂ ਨਾ ਮੈਨੂੰ ਭੁੱਖ ਲੱਗੀ ਹੈ ਜਿਤਨਾ ਘੋੜਾ ਭੱਜਦਾ ਹੀ ਭਜਾ ਆਦਾ ਹੈਵਾਂ ਨੇ ਮਰ ਵਸੀਆ ਆਦੀ ਜਾਂ ਘੋੜਾ ਭਜਾ ਜਾਂ ਮੈਨੂੰ ਲਾਹ ਮੈਂ ਆਪ ਬਚਦੀ ਹਾਂ ਆਦਾ ਕਿਆ ਹੋਇਆ ਆਦੀ ਜਦੋਂ ਦੀ ਇਸ ਨਗਰੀਏ ਚ ਆਈਆਂ ਕੱਲ ਆ ਕੇ ਸੁਣ ਇੱਕ ਗਰੀਬ ਹੈ ਜਿਹੜਾ ਦੇ ਲੋਕ ਮੈਂ ਡਾਡ ਜੀ ਕਰ ਮਾਤਮ ਕਰਨਾ ਇਸ ਇਲਾਕੇ ਨੂੰ ਸਹੀਦ ਕਰਬਲਾ ਚ ਆਏ ਅਦੇ ਤੂੰ ਮੌਲਾ ਦੇ ਕੁਰਬਾਨ ਹੋ ਮੈਂ ਸ਼ਬੀਰ ਨੂੰ ਮਿਲਦਾ ਸ਼ਬੀਰ ਦੇ ਕੋਲ ਆਏ ਅਕਲ ਮਾਰ ਕੇ ਦੇ ਮੌਲਾ ਦਸਾ ਤਸੀ ਅਕਬਰ ਕਿਨ ਗਏ ਰੋ ਰੋ ਕੇ ਸੈਯਦਾ ਦੇ ਤੇਰੇ ਆਉਣ ਤੋਂ ਪਹਿਲੇ ਕਰ ਵਿੱਚ ਤੇਰੇ ਆਉਣ ਤੋਂ ਪਹਿਲ ਕਰਬਲ ਵਿੱਚ ਤੇਰੇ ਆਉਣ ਤੋਂ ਪਹਿਲ ਕਰਬਲ ਵਿੱਚ ਮੈਂ ਅਕਬਰ ਨੂੰ ਪਰਨ ਤੇਰੇ ਆਉਣ ਤੋਂ ਪਹਿਲੇ ਕਰਬਲ ਵਿੱਚ ਮੈਂ ਅਕਬਰ ਨੂੰ ਪਰਨ ਆਇਆ ਸਹਿਰੇ ਦੀ ਜਾਤੇ ਅਕਬਰ ਸਹਿਰੇ ਦੀ ਜਾਤੇ ਅਕਬਰ ਮੈਂ ਤਾਂ ਤੋਂ ਲਾ ਲਗਾਵੇ ਜੀ 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 ਸੈਯਦਾ ਦੇ ਸਹਿਰੇ ਦੀ ਜਾਤੇ ਅਕਬਰ ਸਹਿਰੇ ਦੀ ਜਾਤੇ ਅਕਬਰ ਮੈਂ ਤਾਂ ਤੋਂ ਲਾ ਨਕਵਿਲਾ ਸੈਯਦ ਨੂੰ ਕਹਿੰਦਾ ਇਸ ਮਕਤਲ ਵਿੱਚ ਮੇਰੇ ਅਕਬਰ ਤੂੰ ਸੀਨ ਤੋਂ ਲਾਦਾ ਵੇਖ ਸਿਰ ਦਾ ਮਾਤਮ ਕਰ ਸਿਰ ਦਾ ਅਕਬਰ ਨੂੰ ਤੂੰ ਸੀਨ ਤੋਂ ਲਾ ਵੇਖੇ ਤਾਰ ਖੈਮੇ ਤੇ ਮੇਰੀਆਂ ਭੈਣਾਂ ਨੂੰ ਬੇਵਸ ਕਰ ਲਾ ਵੇਖੇ ਇਹਨਾਂ ਸ਼ਾਮੀਆਂ ਖੁਫੀਆਂ ਰਲ ਮਿਲ ਮੇਰਾ ਅਕਬਰ ਖਾਏ ਉਹ ਲਾ ਮੈਂ ਅਲ ਇਮਰਾਨ ਬਾਰਗਾਹ 'ਚ ਗੁਜ਼ਾਰਿਸ਼ ਕਰ ਗਿਆ ਸੀ ਕਿ ਚੱਕ ਗਾਜ਼ੀ 11 ਮੁਹਰਮ 72 ਜਨਾਜ਼ੇ ਬਰਾਮਦ ਹੁੰਦੇ ਨੇ ਅਤੇ ਸਿਰਫ ਇਸ ਗੱਲ ਵਾਸਤੇ ਇੱਕੋ ਹੀ ਗੱਲ ਕਰਨੀ ਹੈ ਜੋ ਦੁਆ ਹੈ ਕਿ
ਕੋਈ ਭੈਣ ਭਰਾ ਮਰੀਂਦਾ ਨਾ ਵੇਖੇ, ਨਾ ਸੁਣੇ, ਨਾ ਕਰੇ। ਇਹ ਵਕਤ ਖੁਦਾ ਨਖਾਸਤਾ ਆਵੇ ਹੀ ਵੇਣ ਦਾ ਕੋਈ ਵਸ ਲੱਗ ਪਵੇ। ਪਾਕ ਮੁਰਸ਼ਦਜ਼ਾਦੀ 70 ਕਦਮ ਤੋਂ ਵੀਰ ਵੇਖਿਆ ਅਤੇ ਬੇਕਫਨ ਛੱਡ ਕੇ ਯਾਰਾਂ ਮੁਹਰਮ ਬੇਪਲਾਣੇ ਉੱਠਾਂ 'ਤੇ ਇਹ ਹਸਰਤ ਲੈ ਕੇ ਟੁਰ ਗਈ।